अज बैंक ऑफ कैनेडा ने एक बार फिर तो ब्याज दरां दे विच कीती है कटौती, मार्केट दे उत्ते हुण असर की पएगा, की हुण घरां दी मार्केट कैनेडा च तुरेगी, ਕਿੰਨਾ ਕੁ ਮੰਨ ਲਓ ਨੰਬਰਸ ਦੇ ਵਿੱਚ ਕੀ ਅਸਰ ਪੈਂਦਾ ਜੀ ਇੰਨੇ ਇੰਟਰਸਟ ਰੇਟ ਨਾਲ? ਤਕਰੀਬਨ $30 ਲੱਖ ਮਗਰ ਘੱਟ ਜਾਏਗਾ। ਮਿਲੀਅਨ ਦੀ ਪੇਮੈਂਟ ਪਿੱਛੇ ਮਤਲਬ $750 ਮਹੀਨੇ ਦਾ ਫਰਕ ਇਸਦਾ ਪੈਣਾ। ਐਵਰੇਜ ਹਾਊਸ ਮੰਨ ਲਓ ਸ਼ਹਿਰ ਦੇ ਵਿੱਚ ਮਿਲੀਅਨ ਤੋਂ ਤੇ ਮਾਰਗੇਜ ਵਾਲਾ ਹੈਗਾ ਹੀ ਆ ਜੀ ਜੀ ਜੀ, 13-14-15 ਲੱਖ ਦੇ ਘਰ ਨੇ। ਮਾਰਕੀਟ ਕਿੱਧਰ ਨੂੰ ਤੁਰਦੀ ਹੈ ਇਦਾਂ ਦੇ ਫਰਕ ਦੇ ਨਾਲ? ਇੰਸਟੈਂਟਲੀ ਮਾਰਕੀਟ ਚੱਲੂਗੀ ਭਾਜੀ, ਕੋਈ ਮੈਨੂੰ ਭਾਜੀ ਇਦਾਂ ਦੀ ਗੱਲ ਹਲੇ ਨਹੀਂ ਦਿਖਦੀ ਨਹੀਂ। ਜਿਹੜਾ ਫਸਟ ਟਾਈਮ ਹੋਮ ਬਾਇਰ ਹੈ ਇਹਦੇ ਲਈ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਇਹ ਹੋ ਗਿਆ, ਜੇ ਬ੍ਰੈਂਡ ਨਿਊ ਪ੍ਰੋਪਰਟੀ 30-year ਮੋਟੀਜੇਸ਼ਨ ਤੇ ਲੈ ਸਕਦਾ, ਜਿਹੜਾ ਲੋਕਾਂ ਕੋਲ ਜਾਂ ਕਹਿ ਲਈਏ ਕਿ ਰਿਸਕ ਲੈਣ ਦੀ ਕੈਪੈਸਿਟੀ ਨਹੀਂ ਹੈਗੀ। ਕੈਪੈਸਿਟੀ ਨਹੀਂ ਹੈਗੀ। स्वागत बहुत ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਮੈਂ ਜੋਗਰਾਜ ਸਿੰਘ ਕਾਲੂ, ਸਾਡੇ ਨਾਲ ਸਤਬੀਰ ਭੁੱਲਰ ਮਾਰਗੇਜਿਸ ਤੋਂ ਸਤਬੀਰ ਭੁੱਲਰ ਹੋਣੀ ਨੇ। ਅੱਜ ਬੈਂਕ ਆਫ ਕੈਨੇਡਾ ਨੇ ਇੱਕ ਵਾਰੀ ਫਿਰ ਤੋਂ ਵਿਆਜ ਦਰਾਂ ਦੇ ਵਿੱਚ ਕੀਤੀ ਹੈ ਕਟੌਤੀ। ਹੁਣ ਇਸ ਕਟੌਤੀ ਦਾ ਬਹੁਤ ਲੰਮੇ ਸਮੇਂ ਦਾ ਇੰਤਜ਼ਾਰ ਸੀ, ਕਿਉਂਕਿ ਇਹ ਵੱਡੀ ਕਟੌਤੀ ਹੋਈ ਹੈ ਹੁਣ ਤੱਕ, 2 ਕੁਆਟਰ ਦੀ ਕਟੌਤੀ ਹੋਣਾ, ਉਹਦੇ ਨਾਲ ਮਾਰਕੀਟ ਦੇ ਉੱਤੇ ਹੁਣ ਅਸਰ ਕੀ ਪਏਗਾ, ਲੋਕਾਂ ਦੇ ਮਾਈਂਡਸੈਟ ਕੀ ਬਣੇ ਹੋਏ ਸਨ, ਕੀ ਹੁਣ ਘਰਾਂ ਦੀ ਮਾਰਕੀਟ ਕੈਨੇਡਾ 'ਚ ਤੁਰੇਗੀ ਜਾਂ ਫਿਰ ਹਾਲੇ ਵੀ ਲੋਕ ਹੋਰ ਵੇਟ ਕਰਨਗੇ। ਲੋਕਾਂ ਦੀ ਅੱਜ ਦੀ ਫਾਈਨੈਂਸ਼ੀਅਲ ਹਾਲਤ ਕਿਵੇਂ ਦੀ ਆ, ਜਦੋਂ ਇੰਨਾ ਕੁ ਇੰਟਰਸਟ ਰੇਟ ਘੱਟਦਾ ਆ ਤਾਂ ਉਹਦਾ ਤੁਹਾਡੀਆਂ ਪੇਮੈਂਟਾਂ 'ਤੇ ਅਸਰ ਕੀ ਪਏਗਾ। ਜੇ ਹੁਣ ਤੁਸੀਂ ਕੋਈ ਜਣਾ ਨਵਾਂ ਘਰ ਖਰੀਦਣ ਦੀ ਸੋਚ ਰਿਹਾ ਜਾਂ ਕੋਈ ਨਵੀਂ ਰੀਫਾਈਨੈਂਸਿੰਗ ਕਰਾਉਣ ਦੀ ਸੋਚ ਰਿਹਾ ਜਾਂ ਕਿਸੇ ਨੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ, ਤਾਂ ਉਹਦੇ ਹਿਸਾਬ ਦੇ ਨਾਲ ਅੱਜ ਕੀ ਵੇਰੀਏਬਲ ਰੇਟ ਉਹਨੂੰ ਰਹਿਣਾ ਠੀਕ ਰਹੇਗਾ, ਫਿਕਸਡ ਰੇਟ ਰਹਿਣਾ ਠੀਕ ਰਹੇਗਾ, ਜੇ ਫਿਕਸ ਆ ਤਾਂ ਉਹ ਕਿੰਨੇ ਸਾਲ ਦਾ ਫਿਕਸ ਰਹਿਣਾ ਠੀਕ ਰਹੇਗਾ। ਸੋ ਤੁਹਾਡੇ ਸਿਨੈਰੀਓਜ਼ ਦੇ ਨੇੜੇ ਤੇੜੇ ਕੁਛ ਨਾ ਕੁਛ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਲੇਟੈਸਟ ਅਪਡੇਟ ਦੇ ਉੱਤੇ ਹੁਣ ਮਾਰਕੀਟ ਦੇ ਟ੍ਰੈਂਡ ਕੀ ਹੋਣਗੇ, ਰੁਝਾਨ ਕੀ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਕੀ ਆਸਾਂ ਉਮੀਦਾਂ ਨੇ। ਭੁੱਲਰ ਸਾਹਿਬ ਸਾਡੇ ਨਾਲ ਨੇ। ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਹਾਡਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਵਧਾਈਆਂ ਦੇ ਦਈਏ ਫਿਰ ਵੀ ਇੰਟਰਸਟ ਰੇਟ ਘਟੇ ਆ, ਵਧਾਈਆਂ ਦੇਣ ਵਾਲੀ ਗੱਲ ਹੈਗੀ ਹੈ ਕਿ ਨਹੀਂ ਹੈਗੀ? ਹੈਗੀ ਹੈ ਜੀ, ਹੈਗੀ ਆ, ਬਾਲੀ ਨਹੀਂ ਤਾਂ ਥੋੜ੍ਹੀ ਬਹੁਤ ਹੈਗੀ, ਥੋੜ੍ਹੀ ਬਹੁਤ ਹੈਗੀ ਆ। ਜੇਬਾਂ 'ਤੇ ਕੁਛ ਤਾਂ ਅਸਰ ਪਊਗਾ ਹੀ, ਬਿਲਕੁਲ ਅਸਰ ਪਊ। ਜਿਹੜੇ $20-50-100 ਹੀ ਮਹੀਨੇ ਦਾ ਜੇਬ 'ਚ ਰਹਿਣ ਲੱਗ ਜੂ ਕਿਸੇ ਦਾ, ਤਾਂ 100 ਥੋੜ੍ਹਾ ਨਹੀਂ ਬਹੁਤ ਰਹਿਣ 'ਤੇ ਲੱਗ ਜੂਗਾ ਨਾ, ਕਿਉਂਕਿ ਅੱਜ ਲੋਕ ਔਖੇ ਬਾਕੀ ਨੇ ਨਾ। ਕਿੰਨਾ ਕੁ ਮੰਨ ਲਓ ਨੰਬਰਸ ਦੇ ਵਿੱਚ ਕੀ ਅਸਰ ਪੈਂਦਾ ਜੀ ਇੰਨੇ ਇੰਟਰਸਟ ਰੇਟ ਨਾਲ? ਤਕਰੀਬਨ $30 ਲੱਖ ਮਗਰ ਘੱਟ ਜਾਏਗਾ। $30 ਲੱਖ ਬਦਲ ਪੇਮੈਂਟ, ਹਾਂਜੀ ਠੀਕ ਹੈ। ਜੇ ਕਿਸੇ ਦੀ ਮਿਲੀਅਨ ਦੀ ਮਾਰਗੇਜ ਆ ਤੇ ਉਹਦਾ $300 ਦਾ ਫਰਕ ਪੈ ਗਿਆ। $300 ਤੇ ਇੱਕ ਗੁੱਡ ਨੰਬਰ ਆ, ਇਸ ਗੁੱਡ ਨੰਬਰ ਆ। ਤੇ ਜੇ ਆਪਾਂ ਦੇਖੀਏ ਸਾਰੇ ਸਾਲ ਦਾ, ਇੱਕ ਇਸ ਸਾਲ ਦਾ ਤਾਂ ਆਲਮੋਸਟ 1.25 ਰੇਟ ਥੱਲੇ ਆ ਗਿਆ, 5 ਤੋਂ ਆਪਾਂ ਤੁਰੇ ਆ, ਪ੍ਰਾਈਮ ਤੋਂ 3.75 ਤੇ ਆ ਗਏ। ਸੋ ਤਕਰੀਬਨ ਤੁਸੀਂ ਲਾ ਲਓ ਵੀ 30-30-60 ਤੇ $15-75 ਮਗਰ ਦਾ ਫਰਕ ਪੈ ਗਿਆ ਆਲਰੇਡੀ। ਓਕੇ, ਕਿਆ ਬਾਤ ਹੈ, ਇਹ ਬਹੁਤ ਵੱਡਾ ਨੰਬਰ ਆ। ਮਿਲੀਅਨ ਦੀ ਪੇਮੈਂਟ ਪਿੱਛੇ ਮਤਲਬ $750 ਮਹੀਨੇ ਦਾ ਫਰਕ ਇਸਦਾ ਪੈਣਾ। ਐਵਰੇਜ ਹਾਊਸ ਮੰਨ ਲਓ ਸ਼ਹਿਰ ਦੇ ਵਿੱਚ ਮਿਲੀਅਨ ਤੋਂ ਤੇ ਮਾਰਗੇਜ ਵਾਲਾ ਹੈਗਾ ਹੀ ਆ ਜੀ ਜੀ ਜੀ, ਜੇ 13-14-15 ਲੱਖ ਦੇ ਘਰ ਨੇ, ਸੋ ਉਹਦਾ $750 ਜਿਹੜਾ ਹਰ ਮਹੀਨੇ ਦਾ ਫਰਕ ਪੈ ਜਾਣਾ, ਇਹ ਬਹੁਤ ਵੱਡੀ ਰਕਮ ਆ। ਸਾਲ ਦਾ ਇਹ ਕਾਫੀ ਮਤਲਬ ਵੱਡੇ ਨੰਬਰ ਬਣ ਜਾਂਦੇ, ਵੱਡੇ ਨੰਬਰ 8-10 ਹਜ਼ਾਰ ਲੱਗ ਗਏ ਗੱਲ ਪਹੁੰਚ ਜਾਂਦੀ। ਹਾਂਜੀ, ਇਹ ਮੱਚ ਨੀਡਿਡ ਸੀਗੀ। ਅੱਛਾ ਬਈ, ਇਹ ਤਾਂ ਹੋ ਗਿਆ ਚਲੋ ਨੰਬਰਸ ਦਾ ਫਰਕ, ਮੈਂਟਲੀ ਕੀ ਫਰਕ ਪੈਂਦਾ ਇਹਦੇ ਨਾਲ, ਮਾਰਕੀਟ ਨੂੰ ਕਿੱਦਾਂ ਦਾ ਹਲਾਰਾ ਮਿਲਦਾ ਆ, ਮਾਰਕੀਟ ਕਿੱਧਰ ਨੂੰ ਤੁਰਦੀ ਹੈ ਇੱਦਾਂ ਦੇ ਫਰਕ ਦੇ ਨਾਲ? ਮਾਰਕੀਟ ਨੂੰ ਜੇ ਆਪਾਂ ਕਹੀਏ ਕਿ ਇੰਸਟੈਂਟਲੀ ਮਾਰਕੀਟ ਚੱਲੂਗੀ ਭਾਜੀ, ਕੋਈ ਮੈਨੂੰ ਭਾਜੀ ਇੱਦਾਂ ਦੀ ਗੱਲ ਹਲੇ ਨਹੀਂ ਦਿਖਦੀ ਨਹੀਂ, ਮਤਲਬ ਬੈਟਰ ਤਾਂ ਡੈਫੀਨਿਟਲੀ ਇਟਸ ਬੈਟਰ ਦੈਨ, ਕਿਉਂ ਨਹੀਂ ਤੁਰ ਰਹੀ, ਇੰਟਰਸਟ ਰੇਟ ਲਗਾਤਾਰ ਘਟ ਰਹੇ ਨੇ, ਮਾਰਕੀਟ ਫਿਰ ਵੀ ਨਹੀਂ ਤੁਰ ਰਹੀ। ਇਹਦਾ ਰੀਜ਼ਨ ਆ ਭਾਜੀ ਵੀ ਲੋਕਾਂ ਨੂੰ ਜਿਹੜੇ ਹਜੇ ਜੌਬਸ ਆ ਨਾ ਉਹ ਇੰਡੀਆ ਵਿੱਚ, ਸਪੋਜ਼ ਟਰੱਕਿੰਗ ਆ, ਟਰੱਕਿੰਗ ਇਜ਼ ਨਾਟ ਡੂਇੰਗ ਦੈਟ ਗੁੱਡ। ਆਪਣੀ ਜਿਵੇਂ ਆਪਣੀ ਕਮਿਊਨਿਟੀ ਖਾਸ ਕਰਕੇ ਜਿਹੜੀ ਇਹਨਾਂ ਜੌਬਾਂ ਨਾਲ ਰਿਲੇਟਡ ਆ, ਥੋੜ੍ਹੀ ਜਿਹੀ ਜੌਬਸ ਬੈਟਰ ਹੋਣਗੀਆਂ, ਲੋਕਾਂ ਕੋਲ 4 ਪੈਸੇ ਜੁੜਨ ਲੱਗਣਗੇ, ਦੈਨ ਦੇ ਲੁੱਕ ਫੋਰ ਫਿਰ ਮਾਰਕੀਟ ਡਾਲ, ਇਕਨੋਮੀ ਜਦੋਂ ਤੱਕ ਬੈਟਰ ਨਹੀਂ ਹੋਊਗੀ ਇਕੱਲੇ ਇੰਟਰਸਟ ਰੇਟ ਰੋਲ ਨਹੀਂ ਪਲੇ ਕਰਨਗੇ। ਹਾਂਜੀ, ਜਿਵੇਂ CMHC ਕਹਿੰਦੀ ਹੈ ਕਿ ਬਾਏ ਅਰਲੀ 2026 ਦਾ ਮਾਰਕੀਟ ਵਿਲ ਬੀ ਬੂਮਿੰਗ। ਅੱਛਾ, ਤਾਂ ਵੀ ਆਰ ਹੋਪਿੰਗ ਕਿ ਬਾਏ ਅਰਲੀ ਨੈਕਸਟ ਈਅਰ, ਲੈਟਸ ਸੇ ਨਾਟ ਵਿੰਟਰ ਤਾਂ ਸਪਰਿੰਗ ਨੈਕਸਟ ਈਅਰ 2025 ਯੂ ਵਿਲ ਸੀ, ਹਾਂਜੀ, ਬਿਗ ਚੇਂਜਸ ਇਨ ਦਾ ਮਾਰਕੀਟ। ਫਿਰ ਵੀ ਅਜੇ 6-8-10 ਮਹੀਨੇ ਇੱਦਾਂ ਹੀ ਚੱਲੇਗਾ, 6 ਮਹੀਨੇ ਮੈਕਸੀਮਮ। ਓਕੇ, ਸੋ ਇਹ ਲੋਕਾਂ ਕੋਲ ਜਾਂ ਕਹਿ ਲਈਏ ਕਿ ਰਿਸਕ ਲੈਣ ਦੀ ਕੈਪੈਸਿਟੀ ਨਹੀਂ ਹੈਗੀ, ਕੈਪੈਸਿਟੀ ਨਹੀਂ ਹੈਗੀ। ਹੁਣ ਜਿਹਦੇ ਤੁਹਾਡੇ ਹੁਣ ਇੱਕ ਤਾਂ ਪੇਮੈਂਟਸ ਘਟਣਗੀਆਂ, ਥੋੜ੍ਹੇ ਕੰਮ ਬੈਟਰ ਹੋਣਗੇ, ਸੇਵਿੰਗਸ ਵਧਣਗੀਆਂ, 4 ਪੈਸੇ ਬੰਦੇ ਕੋਲ ਹੋਣਗੇ, ਫਿਰ ਹੀ ਉਹ ਹਿੰਮਤ ਫੜਦਾ ਨਾ। ਹੋਰ ਨਾਲੇ ਪੰਜਾਬੀਆਂ ਨੂੰ ਪੈਸੇ ਜੁੜਨ ਦੀ ਆਸ ਹੀ ਹੋ ਜੇ ਤੇ ਬੰਦਾ ਉੱਥੇ ਰਿਸਕ ਲੈ ਲੈਂਦਾ, ਹੁਣ ਤੇ ਆਸ ਨਹੀਂ ਨਾ ਲੱਭ ਰਹੀ। ਹੁਣ ਤੱਕ ਤਾਂ ਲੋਕ ਆਪਦੇ ਇਸੇ ਚੀਜ਼ ਨਾਲ ਹੀ ਫਾਈਟ ਕਰ ਰਹੇ ਸੀ, ਤੁਸੀਂ ਕਿਵੇਂ ਉਹਨੂੰ ਆਪਦੇ ਆਪ ਨੂੰ ਹੁਣ ਕਿਵੇਂ
ਸਰਵਾਈਵ ਕਰਨਾ ਹੁਣ ਤਾਂ ਸਰਵਾਈਵਲ ਇਸ਼ੂ ਸੀ ਸਰਵਾਈਵਲ ਹੀ ਸੀਗਾ ਵੀ ਬਚਾਅ ਕਰ ਲਓ ਹਾਂਜੀ ਮਤਲਬ ਜੰਗ ਬਾਅਦ 'ਚ ਜਿੱਤੀ ਜਾਊਗੀ ਮਾਰ ਅਗਲੇ ਨੂੰ ਬਾਅਦ 'ਚ ਲਵਾਂਗੇ ਪਹਿਲਾਂ ਆਪ ਤੇ ਬਚ ਜਾਈਏ ਹਾਂਜੀ ਸੋ ਆਪਣਾ ਬਚਾਅ ਚੱਲ ਰਿਹਾ ਸੀਗਾ ਇੱਥੇ ਅਤੇ ਇਹ ਜਿਵੇਂ ਤੁਸੀਂ ਹੁਣ ਦੱਸਿਆ ਕਿ 2026 ਦਾ ਮਤਲਬ 25 ਦਾ ਸਾਰਾ ਫਿਰ ਇਸ ਹਿਸਾਬ ਨਾਲ ਸਲੋ ਹੀ ਚੱਲਣ ਵਾਲਾ ਨਹੀਂ 25 ਦੇ ਵਿੱਚ ਜੇ 26 ਅਰਲੀ ਬੂਮ ਹੋਣਾ ਤਾਂ ਮਾਰਕੀਟ ਵਿਲ ਸਟਾਰਟ ਪਿਕਿੰਗ ਅਪ ਬਾਏ ਲੈਟਸ ਸੇ ਸਪਰਿੰਗ ਅੱਛਾ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਮਾਰਕੀਟ ਤੁਰਪੂਗੀ ਹਾਂਜੀ ਮਾਰਕੀਟ ਪਿਕ ਕਰ ਲੂਗੀ ਹਾਂਜੀ ਕੀ ਇਹਦਾ ਮਤਲਬ ਹੁੰਦਾ ਘਰਾਂ ਦੀਆਂ ਕੀਮਤਾਂ ਵੱਧ ਜਾਣ ਉਹਨੂੰ ਅਸੀਂ ਮਾਰਕੀਟ ਕਈ ਵਾਰੀ ਪਿਕ ਕਰਨਾ ਕਹਿ ਦਿੰਦੇ ਵੀ ਮਾਰਕੀਟ ਤੁਰਪੀ ਹਾਂਜੀ ਪਰ ਉਹਦਾ ਤਾਂ ਆਮ ਬੰਦੇ ਨੂੰ ਕਈ ਵਾਰੀ ਫਾਇਦਾ ਨਹੀਂ ਹੁੰਦਾ ਜਿਹਨੇ ਘਰ ਖਰੀਦਣਾ ਮਾਰਕੀਟ ਜਿਹੜਾ ਤੁਰਨ ਦੀ ਗੱਲ ਆ ਕਿ ਸੇਲ ਪਰਚੇਸ ਹੋਣੀ ਸ਼ੁਰੂ ਹੋ ਜੂਗੀ ਯੂ ਵਿਲ ਸੀ ਮੂਵਮੈਂਟ ਇਨ ਦਾ ਮਾਰਕੀਟ ਹੁਣ ਜਿਵੇਂ ਜਿੰਨੀਆਂ ਹੁਣ ਜਿਵੇਂ ਲਿਸਟਿੰਗਸ ਆ ਕਈਆਂ ਲਿਸਟਿੰਗਸ ਤੇ ਕਾਲ ਹੀ ਨਹੀਂ ਆ ਰਹੀ ਜੇ ਤੁਸੀਂ ਰੈਲਟਰਸ ਨਾਲ ਗੱਲ ਕਰੋ ਉਹ ਕਹਿੰਦੇ ਵੀ ਮੇਰੀ ਪਰ ਜਿਹੜੇ ਰੀਜ਼ਨੇਬਲ ਪ੍ਰਾਈਸ ਨੇ ਉਹ ਤੇ 3 ਦਿਨ ਵੀ ਨਹੀਂ ਮਤਲਬ ਮਾਰਕੀਟ 'ਚ ਰਹਿ ਰਹੇ ਉਹ ਤਾਂ ਹੈ ਕੋਈ ਕੋਈ ਚੀਜ਼ ਤਾਂ ਹੈਗੀ ਹੈ ਮਤਲਬ ਇਹ ਤਾਂ ਨਹੀਂ ਵੀ ਮਾਰਕੀਟ ਬਿਲਕੁਲ ਖੜੀ ਹੈ ਹਾਂ ਬਿਲਕੁਲ ਪਰ ਉਹ ਮੂਵਮੈਂਟ ਨਹੀਂ ਹੈ ਮਾਰਕੀਟ ਦੇ ਵਿੱਚ ਜੋ ਹੁਣ ਬਾਇਰਸ ਹੈ ਮਾਰਕੀਟ 'ਚ ਪਰ ਮੂਵਮੈਂਟ ਨਹੀਂ ਹੈ ਇੱਕ ਤਾਂ ਹੁਣ ਤੱਕ ਤਾਂ ਲੋਕ ਇਹ ਇੰਟਰਸਟ ਰੇਟ ਦੀ ਬਹੁਤ ਵੇਟ ਕਰ ਰਹੇ ਸੀ ਵੀ ਕਿੰਨਾ ਕੀ ਅਸਰ ਹੁੰਦਾ ਅੱਛਾ ਇਹਦੇ ਪਿੱਛੇ ਹੁਣ ਮੰਨ ਲਓ ਬੈਂਕ ਆਫ ਕੈਨੇਡਾ ਜਾਂ ਫਿਰ ਫੈਡਰਲ ਗਵਰਨਮੈਂਟ ਦਾ ਉਹਨਾਂ ਉੱਤੇ ਕਿੰਨਾ ਕੁ ਅਸਰ ਆ ਜਾਂ ਨਹੀਂ ਹੈਗਾ ਉਹ ਲੋਕਾਂ ਨੂੰ ਜੋ ਉਹਦਾ ਵੀ ਭੰਬਲ ਭੂਸਾ ਜੇ ਮੰਨ ਲਓ ਬੈਂਕ ਆਫ ਕੈਨੇਡਾ ਅਜਿਹੀ ਕੁਛ ਡਿਸੀਜਨਸ ਲੈਂਦੇ ਨੇ ਵੀ ਕਦੋਂ ਘਟਾਉਣਾ ਪਹਿਲਾਂ ਬਹੁਤ ਘਟਾਇਆ ਫਿਰ ਬਹੁਤ ਵਧਾ ਦਿੱਤਾ ਹਾਂਜੀ ਫਿਰ ਕਿੰਨਾ ਚਿਰ ਉੱਥੇ ਸਟੇਬਲ ਰੱਖਿਆ ਹੁਣ ਹੌਲੀ 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 ਕਰਕੇ ਘਟਾ ਰਹੇ ਆ ਹਾਂਜੀ ਇਨਫਲੇਸ਼ਨ ਦੇ ਨਾਲ ਚੱਲ ਰਿਹਾ ਨਾ ਇਨਫਲੇਸ਼ਨ ਰੇਟ ਦੇ ਨਾਲ ਹੁਣ ਜਿਵੇਂ ਹੁਣ ਲੇਟੈਸਟ ਰਿਪੋਰਟ ਆਈ ਆ 1.6 ਹੋ ਗਿਆ ਇਨਫਲੇਸ਼ਨ ਰੇਟ ਨਾਓ ਦੇ ਹੈਵ ਰੂਮ ਇਹ ਕਹਿੰਦੇ ਸਾਡੇ ਕੋਲ ਰੂਮ ਆ ਹੁਣ ਅਸੀਂ ਹੋਰ ਥੋੜ੍ਹਾ ਜਿਹਾ ਘਟਾ ਸਕਦੇ ਹਾਂ ਫਿਊਚਰ ਐਕਸਪੈਕਟੇਸ਼ਨਸ ਕੀ ਹੋ ਸਕਦੀਆਂ ਨੇ ਹੋਰ 2 ਮਹੀਨਿਆਂ ਨੂੰ ਘਟਣਾ ਚਾਹੀਦਾ ਬਾਈ ਜੀ 11 ਦਸੰਬਰ ਦੀ ਅਗਲੀ ਅਨਾਊਂਸਮੈਂਟ ਹੈ ਅੱਛਾ ਹੋਰ ਮਤਲਬ ਮੰਨ ਲਓ 2 ਕੁਆਟਰ ਘਟਾ ਦੇਣਗੇ 3.25 ਤੱਕ ਆ ਜਾਊਗਾ ਫਿਰ ਹਾਂਜੀ ਆ ਸਕਦਾ ਬਿਲਕੁਲ ਆ ਸਕਦਾ ਕਿਉਂ ਨਹੀਂ ਆ ਸਕਦਾ ਓਕੇ ਪਰ ਹਾਲੇ ਵੀ ਕੋਈ ਚੀਜ਼ ਜਿਹੜੀ ਆ ਉਹ ਮਤਲਬ ਲੋਕਾਂ ਨੂੰ ਬਹੁਤ ਜਲਦੀ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਤੇ ਜਾਂ ਕੁੱਦਣ ਤੋਂ ਰੋਕੇਗੀ ਕਿਉਂਕਿ ਲੋਕ ਹਾਲੇ ਵੀ ਡਰੇ ਹੀ ਇੰਨੇ ਕੁ ਜ਼ਿਆਦਾ ਨੇ ਸੜੇ ਹੀ ਇੰਨੇ ਕੁ ਜ਼ਿਆਦਾ ਨੇ ਦੁੱਧ ਦਾ ਸੜਿਆ ਕਹਿੰਦੇ ਪਾਣੀ ਫੂਕਾਂ ਮਾਰ ਮਾਰ ਪੀਂਦਾ ਹੁਣ ਉਹ ਮਤਲਬ ਉਹ ਸਾਰਾ ਨਾਲੇ ਤੁਹਾਡੀ ਗੱਲ ਕਿ ਇੰਪਲੋਇਮੈਂਟ ਅੱਛਾ ਇੱਕ ਹੋਰ ਚੀਜ਼ ਮੈਨੂੰ ਇਹ ਦੱਸਿਓ ਵੀ ਹੁਣ ਜਦੋਂ ਸਿਨੈਰੀਓਜ਼ ਬਦਲਦੇ ਨੇ ਇੱਕ ਸਵਾਲ ਤੁਹਾਡੇ ਕੋਲ ਜ਼ਰੂਰ ਹਰ ਵਾਲੀ ਸੀ ਪੁੱਛਣਾ ਹੁੰਦਾ ਕਿ ਹੁਣ ਫਸਟ ਟਾਈਮ ਹੋਮ ਬਾਇਰ ਨੂੰ ਕੀ ਸਲਾਹ ਦਿਓਗੇ ਜੇ ਕੋਈ ਪਹਿਲੀ ਵਾਰੀ ਘਰ ਖਰੀਦ ਲਿਆ ਕਿ ਭਾਈ ਹੁਣ ਤੂੰ ਕੀ ਰਾਈਟ ਟਾਈਮ ਬਿਲਕੁਲ ਰਾਈਟ ਟਾਈਮ ਫਿਕਸਡ ਲਏ ਜਾਂ ਫਿਰ ਵੇਰੀਏਬਲ ਲਏ ਇਫ ਜੇ ਵੇਰੀਏਬਲ ਲਈ ਕੁਆਲੀਫਾਈ ਕਰਦਾ ਤਾਂ ਡੈਫੀਨੇਟਲੀ ਵੇਰੀਏਬਲ ਲਏ ਵੇਰੀਏਬਲ ਨੂੰ ਫਿਕਸ ਐਨੀ ਟਾਈਮ ਕਰ ਸਕਦੇ ਹਾਂ ਤੁਸੀਂ ਉਹ ਬਹੁਤ ਕਹਿੰਦੇ ਆ ਸਾਨੂੰ ਤੁਸੀਂ ਆਲਵੇਜ਼ ਵੇਰੀਏਬਲ ਨੂੰ ਪ੍ਰੈਫਰ ਕਰਦੇ ਆ ਅਸੀਂ ਮੈਂ ਇੱਕ ਵਾਰੀ ਵੇਰੀਏਬਲ ਤੁਹਾਨੂੰ ਮੌਰਗੇਜ ਦਿੱਤੀ ਠੀਕ ਹੈ ਯੂ ਕੈਨ ਵਾਚ ਤੁਸੀਂ ਉਹਨੂੰ ਦੇਖ ਸਕਦੇ ਹਾਂ ਮਾਰਕੀਟ ਕੀ ਲੱਗ ਰਿਹਾ ਕਿਵੇਂ ਲੱਗ ਰਿਹਾ ਜੇ ਤੁਸੀਂ ਪ੍ਰੋਪਰ ਉਹਨੂੰ ਵਾਚ ਕਰ ਰਹੇ ਹਾਂ ਤੁਸੀਂ ਪ੍ਰੋਪਰ ਇਨ ਟੱਚ ਆ ਸਾਡੇ ਨਾਲ ਠੀਕ ਹੈ ਦੈਨ ਤੁਸੀਂ ਰਾਈਟ ਡਿਸੀਜਨ ਬਣਾ ਸਕਦੇ ਯੂ ਕੈਨ ਫਿਕਸ ਇਟ ਐਨੀ ਟਾਈਮ ਕਮਾਨ ਤੁਹਾਡੇ ਹੱਥ ਆ ਉਹਦੀ ਜੇ ਇੱਕ ਵਾਰੀ ਆਪਾਂ ਹੁਣ ਫਿਕਸ ਕਰ ਲਿਆ ਦੁਬਾਰਾ ਰੇਟ ਥੱਲੇ ਡਿੱਗ ਗਏ ਫਿਰ ਤੁਸੀਂ ਉਹਨੂੰ ਕੁਝ ਕਰ ਨਹੀਂ ਨਾ ਸਕਦੇ ਫਿਰ ਪੈਨਲਟੀ ਪਏਗੀ ਫਿਰ ਪੈਨਲਟੀ IRD ਲੱਗੇਗੀ ਫਿਰ 19 ਦੇ ਬਚਣੇ ਨਹੀਂ ਜਿਹਨੇ ਇੱਕ ਵਾਰੀ ਲੈ ਲੈਣੇ ਅਗਲੇ ਨੇ ਸੋ ਤੇ ਪਲੱਸ ਜਿਹੜੇ ਇਨਵੈਸਟਰਸ ਨੇ ਇਨਵੈਸਟਰਸ ਦਾ ਮਾਈਂਡਸੈਟ ਕੀ ਹੈ ਬਈ ਇਸ ਵਕਤ ਜਿਹੜੇ ਜਿਹੜੇ ਮਤਲਬ ਨਾ ਫਸਟ ਟਾਈਮ ਹੋਮ ਬਾਇਰ ਨੇ ਨਾ ਜਿਨ੍ਹਾਂ ਨੇ ਲੋਡ ਵਾਸਤੇ ਖਰੀਦਣਾ ਪਰ ਜਿਨ੍ਹਾਂ ਨੇ ਇਨਵੈਸਟਮੈਂਟ ਵਾਸਤੇ ਜਿਹਦੇ ਕੋਲੇ ਦੋਜ਼ ਹੂ ਕੈਨ ਅਫੋਰਡ ਦੇ ਪਾਏਗੇ ਅੱਛਾ ਦੇ ਜਿਹੜੇ ਅਫੋਰਡ ਕਰ ਸਕਦੇ ਆ ਜਿਨ੍ਹਾਂ ਕੋਲੇ ਪੈਸਾ ਹੈਗਾ ਉਹ ਤਾਂ ਕਰ ਹੀ ਰਹੇ ਆ ਇਨਵੈਸਟਰਸ ਦੀ ਪ੍ਰੋਬਲਮ ਇਹ ਆ ਵੀ ਇਨਵੈਸਟਰਸ ਨੇ ਪਿੱਛੇ ਜਿਹੜਾ ਇੰਟਰਸਟ ਰੇਟ ਵਧਣ ਦੇ ਨਾਲ ਉਹਨਾਂ ਦਾ ਜਿਹੜਾ ਬਜਟ ਅਪਸਾਈਡ ਡਾਊਨ ਹੋ ਗਿਆ ਦੇ ਆਰ ਸਟੱਕ ਮੋਸਟ ਆਫ ਦੈਮ ਅਤੇ ਜਿਹੜੇ ਨਹੀਂ ਹੈਗੇ ਜਿਨ੍ਹਾਂ ਕੋਲੇ ਹੈਗੇ ਆ ਪੈਸੇ ਉਹ ਤਾਂ ਕਰ ਹੀ ਰਹੇ ਆ ਉਹ ਕਰੀ ਜਾ ਰਹੇ ਹਾਂਜੀ ਅਤੇ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਵੀ ਦਿਸ ਇਜ਼ ਦਾ ਰਾਈਟ ਟਾਈਮ ਟੂ ਬਾਏ ਹਾਂਜੀ ਥੋੜ੍ਹਾ ਜਿਹਾ ਸਾਨੂੰ ਨਾਲ ਹੁਣ ਇਸ ਚੀਜ਼ ਬਾਰੇ ਵੀ ਜਾਣਕਾਰੀ ਦੇ ਦਿਓ ਵੀ ਜਿਨ੍ਹਾਂ ਨੇ ਹੁਣ ਮਨ ਬਣਾਇਆ ਇਹ ਜਿਹੜੀ ਇੱਕ ਹੁਣ ਮਸਲਾ ਹੈ ਕਿ ਬਈ 5% 'ਤੇ ਬੰਦੇ ਕੁਆਲੀਫਾਈ ਫਸਟ ਟਾਈਮ ਹੋਮ ਬਾਇਰ ਕਰ ਸਕਦਾ ਆ ਉਹਦਾ ਕੀ ਪ੍ਰਾਈਸ ਰੇਂਜ ਆ ਉਹਦੇ ਬਾਰੇ ਇੱਕ ਵਾਰੀ ਫਿਰ ਤੋਂ ਪਹਿਲਾਂ ਵੀ ਜਾਣਕਾਰੀ ਦਿੱਤੀਆਂ ਥੋੜ੍ਹੀ ਜਿਹੀ ਹੋਰ ਦੇ ਦਿਓ ਪਲੀਜ਼ ਜਿਹੜਾ ਫਸਟ ਟਾਈਮ ਹੋਮ ਬਾਇਰ ਹੈ ਇਹਦੇ ਲਈ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਇਹ ਹੋ ਗਿਆ ਜੇ ਬ੍ਰੈਂਡ ਨਿਊ ਪ੍ਰੋਪਰਟੀ 30-year ਮੋਰਟਾਈਜੇਸ਼ਨ 'ਤੇ ਲੈ ਸਕਦਾ ਜਿਹੜਾ 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 ਪਹਿਲਾਂ 25 ਸਾਲ ਸੀ 25 ਸਾਲ ਦਾ ਉਹਦੇ ਨਾਲ ਬਹੁਤ ਹੈਲਪ ਹੋ ਜਾਣੀ ਆ ਹੁਣ ਸਟ੍ਰੈਸ ਟੈਸਟ ਜਿਵੇਂ ਹੁਣ ਜੇ ਬੈਂਕਾਂ ਦਾ ਪ੍ਰਾਈਮ ਰੇਟ ਆ ਗਿਆ ਲੈਟ ਸੇ 5.95 ਤਾਂ ਤੁਹਾਨੂੰ ਰੇਟ ਮਿਲ ਰਿਹਾ ਪ੍ਰਾਈਮ ਮਾਈਨਸ 60 ਪ੍ਰਾਈਮ ਮਾਈਨਸ 70 ਤਾਂ 5.35 ਤੋਂ 7.35 'ਤੇ ਕੁਆਲੀਫਾਈ ਕਰ ਰਹੇ ਹੋ ਠੀਕ ਹੈ ਉਹਦੇ ਨਾਲ ਤੁਹਾਡਾ ਜਿਹੜੀ ਕੁਆਲੀਫਿਕੇਸ਼ਨ ਪਾਵਰ ਆ ਉਹ ਵੱਧ ਗਈ ਸੋ ਜਿੱਥੇ ਆਪਾਂ ਅੱਗੇ ਗੱਲ ਕਰਦੇ ਹੁੰਦੇ ਹਾਂ ਵੀ ਉਹ ਜਿਹੜਾ ਲੱਖ ਜਿਹਦੀ ਲੱਖ ਇਨਕਮ ਹੈ ਜੇ ਉਹਦੀ ਮੋਟਾਈਜੇਸ਼ਨ 30 ਸਾਲ ਲਈ ਉਹ ਬ੍ਰੈਂਡ ਨਿਊ ਪ੍ਰੋਪਰਟੀ ਲਈ ਕੁਆਲੀਫਾਈ ਕਰਦਾ ਤਾਂ 4 ਨਹੀਂ ਤਾਂ 4.5 ਤੱਕ ਤਾਂ ਪਹੁੰਚ ਹੀ ਜਾਏਗਾ ਨਾ ਓਕੇ ਇਹ ਫਰਕ ਤਾਂ ਪਊਗਾ ਹੀ ਨਾ 4.5 ਤੱਕ ਪਹੁੰਚ ਜਾਏਗਾ ਹਾਂਜੀ
ਬਾਕੀ ਬਾਈ ਜੀ ਜਿਹੜਾ ਜਿਹੜਾ ਇਹ ਨੰਬਰਸ ਰਨ ਕਰਨ ਦਾ ਸਿਨੇਰੀਓ ਨਾ ਇਹ ਡਿਫਰਸ ਪਰਸਨ ਟੂ ਪਰਸਨ ਇਹ ਇਦਾਂ ਗੱਲ ਕਰਨੀ ਬੜੀ ਔਖੀ ਹੈ ਇਹ ਗੱਲ ਕਰਨੀ ਬੜੀ ਔਖੀ ਹੈ ਇਹ ਕੋਈ ਹਾਰਡ ਲਾਈਨ ਨਹੀਂ ਹੈ ਵੀ ਆਪਾਂ ਲਾਈਨ ਬਣਾ ਦਿਓ ਇੱਥੇ ਤੁਰੋ ਇੱਦਾਂ ਦੀ ਗੱਲ ਨਹੀਂ ਹੈ ਬੰਦੇ ਦੀਆਂ ਕੰਡੀਸ਼ਨਸ ਬੰਦੇ ਦੀਆਂ ਕੰਡੀਸ਼ਨਸ ਆ ਉਹਦੇ ਕੋਲ ਕੀ ਕਾਰ ਪੇਮੈਂਟਸ ਆ ਉਹਦੇ ਕੀ ਲਾਇਬਿਲਿਟੀਜ਼ ਆ ਉਹਦੀਆਂ ਸੇਵਿੰਗਸ ਕੀ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿੰਨਾ ਸਟਰੋਂਗ ਹੈ ਕਲਾਇੰਟ ਫਾਲ ਬੈਕ ਹੈਗਾ ਕਿ ਨਹੀਂ ਹੈਗਾ ਕਿਵੇਂ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਇਹ ਤਾਂ ਕਈ ਵਾਰ ਇਹ ਹੁੰਦਾ ਬਾਈ ਜੀ ਵੀ ਉਹ ਕੁਆਲੀਫਾਈ ਕਰਦਾ ਨਹੀਂ ਹੁੰਦਾ ਜਿਵੇਂ ਲੈਟਸ ਉਹਦੇ ਰੇਸ਼ੀਓ 60 ਤੇ ਆ ਆਪਾਂ ਬੈਂਕ ਨੇ ਤੁਹਾਨੂੰ 39-44 ਤੇ ਅਪਰੂਵਲ ਦੇਣੀ ਆ ਟੈਕਨੀਕਲੀ ਕਈ ਵਾਰ ਰੇਸ਼ੀਓ 60 ਤੇ ਹੁੰਦੇ ਅਸੀਂ ਉਹਦੀ ਵੀ ਅਪਰੂਵਲ ਲੈ ਲੈਂਦੇ ਹਾਂ ਰਾਈਟ ਦੇਰ ਇਜ਼ ਅ ਸਟੋਰੀ ਬਿਹਾਈਂਡ ਇਟ ਉਹਦੇ ਮਤਲਬ ਉਹਦੀ ਮੇਕ ਸੈਂਸ ਕਰਦੀ ਹੁੰਦੀ ਹੈ ਡੀਲ ਅੱਛਾ ਇੱਕ ਮਾਰਗੇਜ ਐਡਵਾਈਜ਼ਰ ਦੇ ਹੱਥ ਕਿੰਨਾ ਕੁ ਕੁਛ ਹੁੰਦੀ ਹੈ ਗੱਲ ਬਹੁਤ ਕੁਛ ਜਿਵੇਂ ਕਿ ਇੱਕ ਵਕੀਲ ਅਦਾਲਤ ਦੇ ਵਿੱਚ ਆਪਦਾ ਕੇਸ ਪ੍ਰੈਜੈਂਟ ਕਰਦਾ ਕਿੰਨਾ ਬੈਟਰ ਵਕੀਲ ਆ ਜੱਜ ਨੂੰ ਕਿਵੇਂ ਆਪਦੀ ਗੱਲ ਸਮਝਾ ਸਕਦਾ ਸੇਮ ਮਾਰਗੇਜ ਬ੍ਰੋਕਰ ਆਪਦੇ ਅੰਡਰ ਰਾਈਟਰ ਨੂੰ ਆਪਦੀ ਬੈਂਕ ਨੂੰ ਕਿਵੇਂ ਸਮਝਾ ਸਕਦਾ ਕਿ ਦਿਸ ਕਲਾਇੰਟ ਇਜ਼ ਨੋਟ ਬੈਡ ਅੱਛਾ ਇਹ ਕਲਾਇੰਟ ਉਸ ਤੋਂ ਹਾਂਜੀ ਮਤਲਬ ਉਹਦੀਆਂ ਕੁਛ ਨਾ ਕੁਛ ਖਮੀਆਂ ਨੂੰ ਵੀ ਲੁਕਾਇਆ ਜਾ ਸਕਦਾ ਅਤੇ ਉਹਦੀਆਂ ਚੰਗੀਆਂ ਚੀਜ਼ਾਂ ਨੂੰ ਵੀ ਮੂਹਰੇ ਰੱਖ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਲੁਕਾਇਆ ਤਾਂ ਕੁਛ ਵੀ ਨਹੀਂ ਜਾ ਸਕਦਾ ਸਾਰਾ ਕੁਛ ਤਾਂ ਉਹਨਾਂ ਦੇ ਸਾਹਮਣੇ ਆ ਪਰ ਥੋੜ੍ਹੀ ਬਹੁਤੀ ਸਮਝਾਇਆ ਚੀਜ਼ਾਂ ਜਾ ਸਕਦੀਆਂ ਉਹਨੂੰ ਪ੍ਰਜੈਂਟ ਇੱਦਾਂ ਕੀਤਾ ਜਾ ਸਕਦਾ ਓਕੇ ਬਹੁਤ ਐਗਜ਼ਾਮਪਲਸ ਆ ਜਿਹੜੀਆਂ ਡੀਲਾਂ ਡਿਕਲਾਈਨਡ ਬਾਏ ਹੁੰਦੀਆਂ ਉਹ ਡੀਲਾਂ ਵਰਕਆਊਟ ਹੁੰਦੀਆਂ ਓਕੇ ਚਲੋ ਬਾਈ ਜੀ ਤੁਹਾਡਾ ਧੰਨਵਾਦ ਸਮਾਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਗੱਲਬਾਤਾਂ ਕਰਦੇ ਪੂਰਾ ਹੋ ਜਾਂਦਾ ਪਰ ਉਮੀਦ ਹੈ ਕਿ ਲੋਕਾਂ ਦੇ ਸਾਹ ਸੌਖੇ ਹੋਣਗੇ ਜਿਹੜੇ ਬਾਕੀ ਜੀ ਲੋਕ ਦੁਖੀ ਸਨ ਜੀ ਬਹੁਤ ਵੱਡੀ ਨੈਸੈਸਿਟੀ ਹੁੰਦਾ ਬਾਈ ਜਿਹਦਾ ਹੱਥ ਨਾ ਪੈ ਰਿਹਾ ਹੋਏ ਨਾ ਇਹਨਾਂ ਚੀਜ਼ਾਂ ਕਰਕੇ ਉਹ ਪਰਿਵਾਰ 'ਤੇ ਬਹੁਤ ਵੱਡੀ ਵਿਪਤਾ ਬਣੀ ਹੁੰਦੀ ਹੈ ਲਾਈਫ ਟਾਈਮ ਡਿਸੀਜ਼ਨ ਹੈ ਲਾਈਫ ਟਾਈਮ ਬਹੁਤ ਵੱਡਾ ਡਿਸੀਜ਼ਨ ਹੈ ਮੇਰੇ ਖਿਆਲ ਸਾਰੇ ਸਪੈਸ਼ਲੀ ਇਹਨਾਂ ਕੰਟਰੀਆਂ 'ਚ ਇਹਨਾਂ ਹਾਂ ਤੁਸੀਂ ਸਾਰੀ ਕਿੰਨੇ ਵੀ 25-30 ਸਾਲ ਕਿਸ਼ਤਾਂ ਦੇਣੀਆਂ ਕਿਸੇ ਦੀ ਉਮਰ ਜਵਾਨੀ ਕੱਢ ਦੇਣੀ ਇੱਕ ਦੌਰ ਕੱਢ ਦੇਣਾ ਪੂਰਾ ਆਪਣੀ ਉਮਰ ਦਾ ਸਿਰਫ ਇੱਕ ਆ ਕੀ ਕਹਿੰਦੇ ਹੁੰਦੇ ਟਰਾਲੀ ਲੱਕੜਾਂ ਦੀ ਹੈ ਉਹਨੂੰ ਪੂਰੀ ਕਰਦੇ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸੋ ਇਸ ਸਾਡੇ ਨਾਲ ਸਤਬੀਰ ਭੁੱਲਰ ਮਾਰਗੇ ਜਿਸ ਤੋਂ ਸਤਬੀਰ ਭੁੱਲਰ ਸੋ ਜੇਕਰ ਤੁਹਾਡਾ ਕੋਈ ਸਵਾਲ ਦਾਖਲਾ ਹੋਏ ਕਿਉਂਕਿ ਇਹ ਕਲੈਕਟਿਵ ਜੀ ਗੱਲਬਾਤ ਸੀਗੀ ਜੋ ਸਾਰਿਆਂ ਨੂੰ ਮੁੱਖ ਰੱਖ ਕੇ ਮਾਰਕੀਟ ਨੂੰ ਮੁੱਖ ਰੱਖ ਕੇ ਬਾਕੀ ਨਿੱਜੀ ਸਵਾਲ ਆ ਤੁਸੀਂ ਇਹਨਾਂ ਦੇ ਨਾਲ ਇੰਨੀ ਟੀਮ ਦੇ ਨਾਲ ਕੰਟੈਕਟ ਕਰਕੇ ਗੱਲਾਂ ਬਾਤਾਂ ਆਪਣੀਆਂ ਸਾਂਝੀਆਂ ਕਰ ਸਕਦੇ ਹੋ ਮੈਨੂੰ ਜੋਗਰਾ ਸੰਭਾਲ ਨੂੰ ਦੇਵਾ ਗਿਆ ਤੁਸੀਂ ਦੇਖ ਲਓ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ